Hello, my dear students. Welcome back to your own channel, Dr. B. Jeet. Learning is living. So today we are going to talk about how to install Google Classroom. Enter the code and how to join this class. So let's start. We go to Play Store, click here. n type google classroom once you click here enu install karo jime hi install ho jayegi appan nu ese tarah da jo itthe visible hai etta da ik icon dikhega jide aa sides te encircled hai jeda icon oh icon will be visible ਆਪਾਂ ਇਸ ਆਈਕਨ ਤੇ ਕਲਿੱਕ ਕਰਾਂਗੇ ਤੇ ਅਸੀਂ ਇਸ ਐਪਲੀਕੇਸ਼ਨ ਦੇ ਵਿੱਚ ਪਹੁੰਚ ਜਾਵਾਂਗੇ ਹੁਣ Google Classroom ਦਾ ਆਪਾਂ ਇਹ ਯਾਦ ਰੱਖਣਾ ਹੈ ਕਿ ਇਹ ਇੱਕ ਚੈਟਿੰਗ ਐਪਲੀਕੇਸ਼ਨ ਨਹੀਂ ਹੈ ਇਹਦੇ ਥਰੂ ਅਸੀਂ ਪੜਾਈ ਕਰਨੀ ਹੈ this is for your academic purposes only we need to study so we opened this app get started whatever your email id is ਤੁਸੀਂ ਉਸ ਈਮੇਲ ਆਈਡੀ ਦੇ थ्रू ਇਹਨੂੰ ਅ ਐਂਟਰ ਕਰ ਲੈਣਾ ਇਸ ਗੂਗਲ ਕਲਾਸਰੂਮ ਦੇ ਵਿੱਚ ਡੋਨਟ ਯੂ ਸੀ ਯੋਰ ਐਗਜ਼ਿਸਟਿੰਗ ਕਲਾਸਸ ਕ੍ਰੀਏਟ ਟੂ ਜੁਆਇਨ ਯੋਰ ਫਰਸਟ ਕਲਾਸ ਨਾਓ ਵਾਟ ਡੂ ਵੀ ਹੈਵ ਟੂ ਡੂ ਪੂਰਾ ਸਕਰੀਨ ਜਿੱਥੇ ਸਾਈਨ ਹੈ ਉਹਦੇ ਉੱਤੇ ਆਪਾਂ ਕਲਿੱਕ ਕਰਾਂਗੇ ਹੁਣ ਇੱਥੇ ਕ੍ਰੀਏਟ ਕਲਾਸ ਜੁਆਇਨ ਕਲਾਸ ਅਗਰ ਤੇ ਟੀਚਰ ਇਹ ਵੀਡੀਓ ਦੇਖ ਰਿਹਾ ਹੈ ਤੇ ਉਹ ਕ੍ਰੀਏਟ ਕਲਾਸ ਕਰੇਗਾ ਅਗਰ ਇੱਕ ਸਟੂਡੈਂਟ ਇੱਕ ਲਰਨਰ ਦੇਖ ਰਿਹਾ ਤੇ ਜੁਆਇਨ ਕਲਾਸ ਕਰੇਗਾ ਜੁਆਇਨ ਕਲਾਸ ਦੇ ਉੱਪਰ ਆਪਾਂ ਕਲਿੱਕ ਕੀਤਾ ਹੁਣ ਉਹਨੇ ਸਾਨੂੰ ਕਲਾਸ ਕੋਡ ਪੁੱਛਣਾ ਹੈ ਕਲਾਸ ਕੋਡ ਆਪਣਾ ਕੀ ਹੈ ਫਸਟ ইয়ার ਦੇ ਸਟੂਡੈਂਟਸ ਲਈ ਫਾਰ ਐਗਜ਼ਾਮਪਲ ਕਲਾਸ ਕੋਡ ਹੈ ਐ ਨ ਏ ਪੀ ਫਸਟイヤー ਦੇ ਸਟੂਡੈਂਟਸ ਲਈ ਆਪਾਂ ਜੋ ਵੀ ਕੋਡ ਹੈ ਉਹ ਆਪਾਂ ਫਿਲ ਕਰ ਦਿੱਤਾ ਜੁਆਇਨ ਦੇ ਉੱਤੇ ਕਲਿੱਕ ਕੀਤਾ ਇਟਲ ਟੇਕ ਸਮ ਟਾਈਮ ਜਿੱਤਾਂ ਹੀ ਆਪਾਂ ਕਲਾਸ ਜੁਆਇਨ ਕੀਤੀ ਸੋ ਥਿਸ ਇਜ਼ ਦੀ 뷰 ਵਿਚ ਯੂ ਆਰ ਗੋਇੰਗ ਟੂ ਹੈਵ ਦਾ ਮੋਮੈਂਟ ਯੂ ਜੁਆਇਨ ਦੀ ਕਲਾਸ ਹੁਣ ਇਹਦੇ ਵਿੱਚ ਆਪਾਂ ਨੂੰ ਕੀ ਦਿਖ ਰਿਹਾ ਕਿ ਤੁਹਾਡੇ ਟੀਚਰ ਦਾ ਨੇਮ ਜੋ ਹੈ छोटी जी प्रोफाइल पिक्चर लगी हुई है जिहे थोड़ा बहुत विजुअलाइज कर सकते हो कि थोड़े टीचर कौन ने फिर तुम इस मैसेज उपर क्लिक करो क्योंकि मैसेज every... तो कंप्लीट विजिबल नहीं है आई शो यू अगैन देखो डियर स्टूडेंट्स वेलकम टू योर इंग्लिश क्लास होप यू ऑल आर हेयर एंड हार्टी ई हियर द लिंक टू जॉइन योर जूम क्लास विच विल टेक प्लेस एवरी उस तो बाद कि आर अ फ्यू वर्ड्स मोर जो कि विजिबल नहीं है सो वी नीड टू क्लिक ऑन दिस ਜਿੱਦਾਂ ਇਹ ਕਲਿੱਕ ਕਰਾਂਗੇ ਪਲੇਸ ਐਵਰੀ ਥਰਸਡੇ ਬਿਗਨਿੰਗ ਫਰੋਮ 10th ਸੈਪਟੈਂਬਰ 2020 ਐਟ 10:00 ਇਨ ਦਿ ਮਾਰਨਿੰਗ ਕੀਪ ਇਨ ਮਾਈਂਡ ਥੈਟ ਇਟਸ ਐਨ ਅਕੈਡੈਮਿਕ ਪਲੈਟਫਾਰਮ ਲਬ ਲਬ ਲਾ ਸੋ ਟੀਚਰ ਨੇ ਤੁਹਾਨੂੰ ਪੂਰਾ ਮੈਸੇਜ ਕਮਿਊਨੀਕੇਟ ਕਰਤਾ ਹੋਇਆ ਹੁਣ ਆਪਾਂ ਇਹਨੂੰ ਜਦੋਂ ਡੀਕੋਡ ਕਰਨਾ ਹੈ ਜਦੋਂ ਇਸ ਮੈਸੇਜ ਨੂੰ ਰੀਡ ਕਰਨਾ ਹੈ ਅੰਡਰਸਟੈਂਡ ਕਰਨਾ ਹੈ ਬਹੁਤ ਧਿਆਨ ਨਾਲ ਦੇਖੋ ਕਿ ਹਰ ਥਰਸਡੇ 10th ਸੈਪਟੈਂਬਰ ਜੋ ਕਿ ਸ਼ੁਰੂ ਹੋਏਗਾ 13th ਸੈਪਟੈਂਬਰ ਤੋਂ ਜੋ ਕਲਾਸ ਸ਼ੁਰੂ ਹੋਏਗੀ ਸਵੇਰ 10:00 ਵਜੇ ਹੋਏਗੀ ਜਿੰਨੇ ਵੀ ਟਾਈਮ ਦੀ ਕਲਾਸ ਹੁੰਦੀ ਹੈ ਉਹ ਤੁਹਾਡੇ ਟੀਚਰ ਤੁਹਾਨੂੰ ਇਨਫੋਰਮ ਕਰ ਦੇਣਗੇ ਹੁਣ ਇਹਦੇ ਨੀਚੇ ਉਹਨਾਂ ਨੇ ਲਿੰਕ ਦਿੱਤਾ ਹੋਇਆ ਹੈ ਇਸ ਲਿੰਕ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੁਣੇ ਹੀ ਕਲਿੱਕ ਕਰਕੇ ਜੁਆਇਨ ਕਰ ਲਓ ਆਈ ਵਿਲ ਸ਼ੋ ਯੂ ਕਿ ਅਗਰ ਤੁਸੀਂ ਹੁਣੇ ਕਲਿੱਕ ਕਰਕੇ ਜੁਆਇਨ ਕਰਦੇ ਹੋ ਜਦੋਂ ਤੁਸੀਂ ਲੌਂਚ ਮੀਟਿੰਗ ਜ਼ੂਮ ਇਦੇ ਉੱਪਰ ਕਲਿੱਕ ਕਰਦੇ ਹਾਂ ਤੇ ਲੈਟਸ ਸੀ ਕਿ ਕੀ ਹੁੰਦਾ ਇਹ ਤੁਹਾਨੂੰ ਪ੍ਰੋਂਪਟ ਕਰੇਗਾ ਤੁਸੀਂ ਬ੍ਰਾਊਜ਼ਰ ਤੋਂ ਖੋਲਣਾ ਹੈ ਜਾਂ ਕੁਝ ਹੋਰ ਐਪਲੀਕੇਸ਼ਨ ਹੈ ਅਗਰ ਤੁਸੀਂ ਇੰਸਟਾਲ ਕੀਤਾ ਹੋਇਆ ਜ਼ੂਮ ਤੇ ਇਹ ਤੁਹਾਨੂੰ ਸਿੱਧਾ ਜ਼ੂਮ ਐਪਲੀਕੇਸ਼ਨ ਦੇ ਉੱਤੇ ਕਲਿੱਕ ਕਰਾਂਗੇ ਆਪਾਂ ਐਂਡ ਇਟ ਵਿਲ ਟੇਕ ਯੂ ਟੂ ਯੋਰ ਜ਼ੂਮ ਐਪਲੀਕੇਸ਼ਨ ਔਰ ਇਮੀਡੀਏਟਲੀ ਮੀਟਿੰਗ ਜੋ ਹੈ ਉਹ ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਡਿਸਪਲੇ ਹੋ ਜਾਏਗੀ ਹੁਣ ਕਾਫੀ ਸਟੂਡੈਂਟਸ ਇਹ ਦੇਖ ਰਹੇ ਹੋਣਗੇ ਕਿ ਅਸੀਂ ਪਹਿਲਾਂ ਹੀ ਲੌਗਇਨ ਅਸੀਂ ਲੌਗਇਨ ਕਰ ਰਹੇ ਹਾਂ ਬਟ ਇੱਥੇ ਸਾਈਨ ਇਨ ਲਿਖਿਆ ਆ ਰਿਹਾ ਹੈ ਬਟ ਪਲੀਜ਼ ਇੱਥੇ نیچے ਰੀਡ ਕਰੋ ਇਫ ਯੂ ਆਰ ਦੀ ਹੋਸਟ ਲੌਗਇਨ ਟੂ ਸਟਾਰਟ ਥਿਸ ਮੀਟਿੰਗ ਹੋਸਟ ਮਤਲਬ ਜਿਹੜਾ ਇਸ ਮੀਟਿੰਗ ਨੂੰ ਸਟਾਰਟ ਕਰ ਰਿਹਾ ਹੈ ਹੁਣ ਤੁਸੀਂ ਤਾਂ ਸਟਾਰਟ ਨਹੀਂ ਕਰ ਰਹੇ ਆਲਰਾਈਟ ਜਿਹੜਾ ਵੀ ਬੱਚਾ ਇਹਨੂੰ ਸਟਾਰਟ ਨਹੀਂ ਕਰ ਰਿਹਾ ਮੀਨਸ ਕੋਈ ਟੀਚਰ ਸਟਾਰਟ ਕਰ ਰਿਹਾ ਤੇ ਆਬਵੀਅਸਲੀ ਇਹ ਮੀਟਿੰਗ ਉਦੋਂ ਸਟਾਰਟ ਹੋਏਗੀ ਜਦੋਂ ਸ਼ੈਡਿਊਲ ਕੀਤੀ ਗਈ ਹੈ ਇਸ ਲਈ ਆਪਾਂ ਇਹਨੂੰ ਬੰਦ ਕਰ ਦਾਂਗੇ ਲੀਵ ਮੀਟਿੰਗ ਤੁਸੀਂ ਜਦੋਂ ਇੰਸਟਾਲ ਕੀਤਾ ਇਹ ਤੁਹਾਡੇ ਸਾਹਮਣੇ ਪੇਜ ਆਇਆ ਹੋਵੇਗਾ ਵੈਦਰ ਯੂ ਵਾਂਟ ਟੂ ਸਾਈਨ ਅਪ ਸਾਈਨ ਇਨ ਇਹ ਤੁਹਾਡੀ ਮਰਜ਼ੀ ਹੈ ਅਗਰ ਤੁਸੀਂ ਸਾਈਨ ਇਨ ਕਰਨਾ ਚਾਹੁੰਦੇ ਹੋ ਤੁਸੀਂ ਸਾਈਨ ਇਨ ਕਰ ਸਕਦੇ ਹੋ ਬਟ ਅਗਰ ਨਹੀਂ ਕਰਨਾ ਚਾਹੁੰਦੇ ਤੇ ਇਟਸ ਪਰਫੈਕਟਲੀ ਓਕੇ ਬਿਕਾਜ਼ ਵਾਟ ਵੀ ਰਿਕਾਇਰ ਇਜ਼ ਆਪਣੇ ਕੋਲ ਸਿਰਫ ਇਸ ਚੀਜ਼ ਦੀ ਜ਼ਰੂਰਤ ਹੈ ਕਿ ਟੀਚਰ ਤੁਹਾਨੂੰ ਲਿੰਕ ਜ਼ਰੂਰ ਸੈਂਡ ਕਰੇ ਟੀਚਰ ਨੇ ਲਿੰਕ ਸੈਂਡ ਕਰਤਾ ਤੁਸੀਂ ਸਿਰਫ ਕਲਿੱਕ ਕਰਨਾ ਹੈ ਜੁਆਇਨ ਕਰਨਾ ਹੈ ਔਰ ਜ਼ੂਮ ਨੂੰ ਯੂਜ਼ ਕਰਨਾ ਹੈ ਉਹਦੇ ਉੱਤੇ ਲੈਕਚਰ اٹੈਂਡ ਕਰਨਾ ਹੈ ਓਕੇ ਇਸ ਤਰੀਕੇ ਨਾਲ ਤੁਹਾਡਾ ਐਪਲੀਕੇਸ਼ਨ ਜੋ ਹੈ ਇਹ ਯੂਜ਼ ਹੋ ਜਾਏਗੀ ਆਈ ਹੋਪ ਆਈ ਵਾਸ ਕਲੀਅਰ ਇਨਫ ਇਫ ਯੂ हैव नॉट ਅੰਡਰਸਟੂਡ ਸਮਥਿੰਗ 杜ਰਿੰਗ ਦਿਸ ਲੈਕਚਰ 杜ਰਿੰਗ ਦਿਸ ਵੀਡੀਓ ਪਲੀਜ਼ ਰਾਈਟ ਇਨ ਦੀ ਕਮੈਂਟ ਬਾਕਸ ਬਿਲੋ ਤੇ ਇਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਫਸਟ ਟਾਈਮ ਯੂਜ਼ ਕਰ ਰਹੇ ਹੈ ਇਸ ਲਈ ਉਹਨਾਂ ਨੂੰ ਥੋੜੀ ਪ੍ਰੋਬਲਮ ਵੀ ਆ ਰਹੀ ਹੋਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਇਹਨਾਂ ਪ੍ਰੋਬਲਮਸ ਨੂੰ ਹੌਲੀ-ਹੌਲੀ ਐਲੀਮੀਨੇਟ ਕਰੀ ਜਾਓ 올 ਰਾਈਟ See you in the next video I'll come with your answers if you have any questions the comment box which you so that man next video Jovi brnaama, answers cover video thank you very much stay blessed keep learning because learning is living.